ਸ੍ਰੋਤੇ, ਜਿਸ ਤਰ੍ਹਾਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਦੱਸਿਆ ਸੀ ਕਿ ਅੱਜ ਅਸੀਂ ਗੱਲਬਾਤ ਕਰਨੀ ਹੈ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੁਣਾਂ ਦੇ ਨਾਲ, ਜੋ ਕਿ ਜਿਨ੍ਹਾਂ ਨੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਪੱਖੀ ਇੱਕ ਬਿੱਲ ਪਾਰਲੀਮੈਂਟ ਦੇ ਵਿੱਚ ਲਿਆਂਦਾ ਹੈ ਤੇ ਜਿਹਨੇ ਕਿ ਆਮ ਆਦਮੀ ਪਾਰਟੀ ਦੇ ਮੁੱਢਲੇ ਕੋਰ ਕਮੇਟੀ ਦੇ ਵਿੱਚ ਸ਼ਾਮਲ ਸਨ। ਆਮ ਆਦਮੀ ਪਾਰਟੀ ਜਦੋਂ ਹੋਂਦ ਦੇ ਵਿੱਚ ਆਈ ਹੈ, ਸਿਆਸੀ ਸਫਾਂ ਦੇ ਵਿੱਚ ਹੋਂਦ ਦੇ ਵਿੱਚ ਆਈ ਹੈ ਤੇ ਸ਼ੁਰੂ ਦੇ ਵਿੱਚ ਜਿਹੜੇ ਲੋਕ ਉਨ੍ਹਾਂ ਦੇ ਨਾਲ ਜੁੜੇ ਸਨ ਉਨ੍ਹਾਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਸਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਬੇਸਿਕ ਕਨਸੈਪਟ ਦੇ ਬਾਰੇ ਦੇ ਵਿੱਚ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਨਾਲ ਗੱਲ ਕੀਤੀ ਸੀ। ਇਸ ਵਕਤ ਫਿਰ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹੋਏ ਨੇ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਕੌਮੀ ਆਵਾਜ਼ ਤੇ। ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਬੀਤੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਲਿਆਂਦਾ ਗਿਆ ਇੱਕ, ਤੁਸੀਂ ਇੱਕ ਬਿੱਲ ਲਿਆਂਦਾ ਸੀ ਪਾਰਲੀਮੈਂਟ ਦੇ ਵਿੱਚ ਆਨੰਦ ਮੈਰਿਜ ਐਕਟ ਦੇ ਬਾਰੇ ਦੇ ਵਿੱਚ, ਇਸ ਬਿੱਲ ਦਾ ਖਰੜਾ ਕੀ ਤੁਸੀਂ ਆਪ ਤਿਆਰ ਕੀਤਾ ਜਾਂ ਕਿਸੇ ਤੋਂ ਮਦਦ ਲਈ? ਨਹੀਂ, ਮੈਂ ਖਰੜਾ ਆਪ ਤਿਆਰ ਨਹੀਂ ਕੀਤਾ ਹੈਗਾ। ਖਰੜਾ ਲਾਲ ਗੁਰਦੇਵ ਸਿੰਘ IAS ਉਹਨਾਂ ਨੇ ਆਪਣੀ ਟੀਮ ਨਾਲ ਤਿਆਰ ਕੀਤਾ, ਜਿਹਦੇ ਵਿੱਚ ਬਹੁਤ ਸਾਰੇ ਸਿੱਖ ਬੁੱਧੀਜੀਵੀ, ਸਿੱਖ ਚਿੰਤਕ, ਸਿੱਖ ਫਿਲਾਸਫਰ ਤੇ ਸਿੱਖ ਕਲਰ ਜੀ ਦੇ ਬੜੇ ਸਮਝਦਾਰ ਨੁਮਾਇੰਦੇ ਸ਼ਾਮਲ ਸੀਗੇ ਤੇ ਲੰਮੇ ਸਮੇਂ ਤੋਂ ਸਿੱਖ ਜਗਤ ਦੀ ਜਾਂ ਸਿੱਖ ਭਾਈਚਾਰੇ ਦੀ ਮੰਗ ਸੀਗੀ ਕਿ ਜਿਸ ਤਰ੍ਹਾਂ ਹਿੰਦੂ ਮੈਰਿਜ ਐਕਟ ਹੈਗਾ ਹੈ, ਮੁਸਲਿਮ ਪਰਸਨ ਲਾਅ ਹੈਗਾ ਹੈ, ਇਸਦੀ ਬਣਾ ਤੇ ਸਿੱਖਾਂ ਵਾਸਤੇ ਵੀ ਜੋ ਇੱਕ ਆਜ਼ਾਦ ਹਸੀਅਤ ਵਿੱਚ ਜੋ ਇੱਕ ਸਿੱਖ ਧਰਮ ਦੀ ਆਜ਼ਾਦ ਹਸਤੀ ਹੈਗੀ ਹੈ, ਉਸ ਦੇ ਅਨੁਸਾਰੀ ਸਿੱਖ ਮੈਰਿਜ ਐਕਟ ਜਾਂ ਆਨੰਦ ਮੈਰਿਜ ਐਕਟ ਜਿਹੜਾ ਜਿਹਦੇ ਸਹੀ ਮਾਇਨੇ ਆਜ਼ਾਦ ਹੋਵੇ ਜਾਂ ਸਹੀ ਮਾਇਨੇ ਇੱਕ ਆਪਣੇ ਆਪ ਪੂਰਾ ਸੂਰਾ ਇੱਕ ਦਿਲ ਹੋਵੇ ਉਹ ਆਉਣਾ ਚਾਹੀਦਾ ਹੈਗਾ, ਤਾਂ ਕਿ ਸਿੱਖ ਧਰਮ ਦੀ ਆਜ਼ਾਦ ਹਸਤੀ ਹੈਗੀ ਹੈ ਉਹ ਉਹਨੂੰ ਮਾਨਤਾ ਮਿਲ ਸਕੇ। ਹੁਣ ਕੀ ਹੈ ਕਿ ਜਦੋਂ ਆਨੰਦ ਮੈਰਿਜ ਐਕਟ ਬਣਿਆ ਹੋਇਆ ਉਹਦੇ ਚ ਕਾਫੀ ਨੁਕਸ ਨੇ, ਉਹਦੇ ਚ ਤਰੱਕੀ ਹੈਗੀ ਹੈ, ਉਹਦੀ ਕਲੋਜ ਬੀ ਹੈ, ਐਕਸਟੈਂਸ਼ਨ 2 ਹੈਗੀ ਹੈ, ਉਹਦੇ ਚ ਕੀ ਹੈ ਕਿ ਅਲਟੀਮੇਟਲੀ ਜਦੋਂ ਕੋਈ ਤਲਾਕ ਲੈਣਾ ਹੁੰਦਾ ਜਾਂ ਕੋਈ ਹੋਰ ਖਰਚਾ ਮੰਗਣਾ ਹੁੰਦਾ ਹੈਗਾ ਇੰਡੀਪੈਂਡੈਂਸ ਵਾਸਤੇ, ਜਿਹੜੀ ਜਿਹੜਾ ਭਰਾਮ ਪੰਥ ਹੈਗੇ ਦੂਜੇ ਕੋਈ ਆਨੰਦ ਮੈਰਿਜ ਐਕਟ ਵਿੱਚ, ਤਾਂ ਉਹਨਾਂ ਕੋਲ ਜਾਣਾ ਪੈਂਦਾ ਹੈਗਾ। ਤਿੰਨ ਕੈਟੇਗਰੀ ਨੂੰ, ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ, ਹਿੰਦੂ ਧਰਮ ਦੇ ਨਾਲ ਕਲਬ ਕਰ ਦਿੱਤਾ ਗਿਆ ਹੈਗਾ, ਨਾਲ ਜੋੜ ਦਿੱਤਾ ਗਿਆ ਹੈਗਾ। ਇਸ ਕਰਕੇ ਆਪਣੇ ਆਪ ਆਨੰਦ ਮੈਰਿਜ ਐਕਟ ਪੂਰਾ ਨਹੀਂ ਹੈਗਾ, ਸਿੱਖਾਂ ਨੂੰ ਅਜੇ ਵੀ ਮਤਲਬ ਇਸ ਗੱਲ ਦੀ ਗਿਲਾ ਹੈਗਾ, ਇਸ ਗੱਲ ਦਾ ਅਹਿਸਾਸ ਹੈਗਾ ਕਿ ਉਹਨਾਂ ਦੇ ਧਰਮ ਨੂੰ ਪੂਰਨ ਰੂਪ ਵਿੱਚ ਆਜ਼ਾਦ ਧਰਮ ਦੀ ਮਾਨਤਾ ਹੈ। ਸਿੱਖ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈਗਾ, ਤੇ ਚੈਰਿਟੀ ਮੁਸਲਿਮ ਹਿੰਦੂ ਲੜੀ ਤੁਰਦੀ ਹੋਈ ਹੈ, ਪੰਜਵਾਂ ਲਾਰਜੈਸਟ ਧਰਮ ਹੈਗਾ ਹੈ। ਤੇ ਆਪਣੇ ਮੁਲਕ ਵਿਚ ਜਿਵੇਂ ਆਪਾਂ ਗੋਰੀ ਮੁਲਕ ਕਹਿੰਦੇ ਹੈਗੇ ਹਾਂ, ਆਪਣੇ ਮੁਲਕ ਦੀ ਉਸ ਰਾਜ ਦੀ ਸਟਰਕਚਰ ਜਾਂ ਆਪਾਂ ਫੈਡਰਲ ਸਟਰਕਚਰ ਕਹਿੰਦੇ ਹੈਗੇ ਹਾਂ, ਕਿੱਡੇ ਬੜੇ ਧਰਮ ਨੂੰ ਜੋ ਚਾਹੁੰਦਾ ਹੈਗਾ ਹੈ ਕਿ ਉਹਨੂੰ ਉਹਦੀ ਅਲੱਗ ਮਾਨਤਾ ਹੋਣੀ ਚਾਹੀਦੀ ਹੈ। ਮੈਂ ਬੜਾ ਹੈਰਾਨ ਹਾਂ ਤੇ ਮੈਨੂੰ ਬੜਾ ਦੁਖੀ ਹੈਗਾ ਕਿ ਪਿਛਲੇ 66 ਸਾਲ ਤੋਂ ਇਹ ਛੋਟੀ ਜਿਹੀ ਮੰਗ ਜਿਹੜੀ ਕਿ ਬਿਲਕੁਲ ਹੱਕੀ ਮੰਗ ਹੈ, ਸੰਵਿਧਾਨਕ ਮੰਗ ਹੈ, ਪੂਰੀ ਜਿਹੜਾ ਕਾਨੂੰਨੀ ਮੰਗ ਹੈਗੀ ਹੈ, ਇਹਨੂੰ ਕਿਉਂ ਨੀ ਹੁਣ ਤੱਕ ਇੱਕ ਆਜ਼ਾਦ ਤੌਰ ਤੇ ਮਾਨਤਾ ਦਿੱਤੀ ਗਈ? ਇਸ ਲਈ ਮੈਂ ਕੋਈ ਐ ਨੀ ਮੈਨੂੰ ਕਿਸੇ ਨੇ ਕਿਹਾ ਹੈਗਾ ਜਾਂ ਮੈਂ ਕੋਈ ਕਿਸੇ ਦੇ ਸਾਨ ਕਰ ਰਿਹਾ, ਆਪਣੀ ਡੈਮੋਕ੍ਰੈਟਿਕ ਮੇਰਾ ਮਾਇੰਡ ਹੈਗਾ ਹੈ, ਮੇਰਾ ਫੈਡਰਲ ਮਾਇੰਡ ਹੈਗਾ ਹੈ ਜੀ। ਉਹਦੇ ਵਿੱਚੋਂ ਮੈਨੂੰ ਐਸੀ ਜਦੋਂ ਵੀ ਮੈਨੂੰ ਕਿਸੇ ਮੌਕਾ ਮਿਲਿਆ, ਪਹਿਲੀ ਵਾਰ ਮੌਕਾ ਮਿਲਿਆ ਪਾਰਲੀਮੈਂਟ ਜਾਣ ਦਾ, ਤੇ ਮੈਂ ਮਹਿਸੂਸ ਕੀਤਾ ਕਿ ਮੈਨੂੰ ਇਸ ਮੰਗ ਨੂੰ ਲੈ ਕੇ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ। ਮੈਂ ਕੰਟੈਕਟ ਕੀਤਾ ਸ਼ੁਰੂ ਕੀਤੀ ਹੋਈ ਹੈਗੀ ਹੈ। ਮੈਂ ਕਾਂਗਰਸ ਪਾਰਟੀ, DMK, TMC, BJP, CPI, CPM ਤੇ ਮੁਸਲਿਮ ਲੀਗ, ਇਹਨਾਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕਰ ਚੁੱਕਿਆ ਔਰ ਸਭ ਨੇ ਮੈਨੂੰ ਜਵਾਨੀ ਤੌਰ ਤੇ ਸਹਿਮਤੀ ਪ੍ਰਗਟਾਈ ਹੈਗੀ ਹੈ ਮੇਰੇ ਨਾਲ। ਸੋ ਇਹਦੇ ਵਿੱਚ ਡਾਕਟਰ ਸਾਹਿਬ ਸੰਭਾਵਨਾਵਾਂ ਕੀ ਨੇ, ਇਹਦੇ ਵਿੱਚ ਕਿੰਨੀ ਕੁ ਗੁੰਜਾਇਸ਼ ਹੈ ਕਿ ਇਸ ਬਿੱਲ ਨੂੰ ਮਨਜੂਰੀ ਦੇ ਦਿੱਤੀ ਜਾਵੇਗੀ, ਕਿਉਂਕਿ ਜਿਹੜੀ ਹਾਕਮ ਧਿਰ ਹੈ ਉਹ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੈਜੋਰਟੀ ਦੇ ਵਿੱਚ ਹੈ ਤੇ ਹਾਕਮ ਧਿਰ ਦਾ ਹੀ ਸਭ ਤੋਂ ਜ਼ਿਆਦਾ ਜਾਂ ਉਹਦੀ ਜਿਹੜੀ ਆਈਡੀਓਲੋਜੀ ਹੈ, ਵਿਚਾਰਧਾਰਾ ਜਿਹਦੀ ਉੱਤੇ ਹਾਕਮ ਧਿਰ ਖੜੀ ਹੈ, ਉਹਦਾ ਸਭ ਤੋਂ ਜ਼ਿਆਦਾ ਜ਼ੋਰ ਇਹ ਲੱਗਾ ਹੋਇਆ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨੇ, ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਡਿਫਾਈਨ ਹੀ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਹਾਲਾਤਾਂ ਦੇ ਵਿੱਚ ਸੰਭਾਵਨਾਵਾਂ ਕੀ ਨੇ? ਦੇਖੋ, ਇਕੱਲੀ ਜਿਹੜੀ BJP ਦੀ ਗੱਲ ਨਹੀਂ ਹੈਗੀ ਹੈ, ਤਕਰੀਬਨ ਸਾਰੀਆਂ ਪਾਰਟੀਆਂ, ਜਿਹੜਾ ਜਿਹੜਾ ਇੱਕ ਜਮਹੂਰੀ ਮਾਇੰਡ ਸੈਟ ਹੁੰਦਾ ਹੈਗਾ ਹਿੰਦੁਸਤਾਨ ਵਿੱਚ,
ਹਿੰਦੁਸਤਾਨ ਵਰਗੇ ਹੋਰ ਤੀਜੀ ਦੁਨੀਆਂ ਦੇ ਮੁਲਕਾਂ ਵਿੱਚ ਉਹ ਮਾਈਂਡਸੈਟ ਜਮਹੂਰੀ ਹੈ ਨੀ ਹੈਗਾ, ਉਹ ਉਹਦੀ ਬੜੀ ਘਾਟ ਹੈਗੀ ਹੈ। ਉਹ ਜਿਹੜੀ ਮੈਜੋਰਟੀ ਇੰਗਲਿਜ਼ਮ ਹੈਗੀ ਹੈ, ਚਾਹੇ ਉਹ ਕਾਂਗਰਸ ਸੌਫ ਹਿੰਦੂਤਵ ਕਾਰਡ ਖੇਡੇ, ਚਾਹੇ ਉਹ ਬਾਬੀ ਮਸਜਿਦ ਤਾਰਿਕ ਨਾਲ ਦਾ ਮਾਮਲਾ ਹੋਵੇ, ਚਾਹੇ ਉਹ ਸ਼ਾਹਬਾਨ ਪੇਟ ਆਈਟੀ ਨਾਲ ਦਾ ਮਾਮਲਾ ਹੋਵੇ, ਚਾਹੇ ਉਹ ਹੋਰ ਬਹੁਤ ਸਾਰੀ ਗੱਲਾਂ ਦੇਖਣ ਪਈਆਂ, ਚਾਹੇ ਉਹ ਪਰਿਵਾਰ ਪ੍ਰਤੀ ਹਮਲਾ ਕਰਨਾ ਜਾਂ ਸਿੱਖਾਂ ਨੂੰ ਬਦਨਾਮ ਕਰਕੇ ਇੱਕ ਡੈਮਨਾਈਜ਼ ਕਰਕੇ ਹਿੰਦੁਸਤਾਨ ਤੱਕ ਇੱਕ ਅਜਿਹਾ ਮਾਹੌਲ ਤਿਆਰ ਕਰਨਾ, ਇੱਕ ਮਨੋਰਟੀ ਬਾਰੇ ਕਾਤਲ ਨਾਲ ਪੀੜਾਂ ਤਿਆਰ ਕਰਨੀਆਂ, ਇਹ ਸਾਰਾ ਕੁਛ ਬੜੀ ਡੂੰਘੀਆਂ ਜੜ੍ਹਾਂ ਨੇ। ਇਹਦੇ ਵਿੱਚ ਮੈਂ ਨੀ ਸਮਝਦਾ ਕਿ ਇੰਨਾ ਆਸਾਨ ਕਰਨਾ, ਮੈਂ ਸਾਰੇ ਦੁਨੀਆ ਭਰ ਦੇ ਸਿੱਖ ਬੁੱਧੀਜੀਵੀਆਂ ਨੂੰ ਨੀ, ਬਲਕਿ ਸਾਰੇ ਡੈਮੋਕ੍ਰੈਟ ਮਾਈਂਡ ਨੂੰ, ਜਿਹੜੇ ਜਮਹੂਰੀ ਯਕੀਨ ਰੱਖਦੇ ਹੈਗੇ, ਜਿਹੜੇ ਫੈਡਰਲੀ ਯਕੀਨ ਰੱਖਦੇ ਹੈਗੇ, ਜਿਹੜੇ ਆਜ਼ਾਦੀ ਯਕੀਨ ਰੱਖਦੇ ਹੈਗੇ, ਉਹਨਾਂ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਇਸ ਨਾਲ ਲਾਈਨ ਕੁਆਇਨ ਕੀਤੀ ਸੀ, ਬੰਬਾਰ ਦਾ ਐਮਪੀ ਹੈੱਡਕੁਆਰਟਰ ਹਰ ਐਮਪੀ ਦੇ ਹੈੱਡਕੁਆਰਟਰ ਦੇ ਚਿੱਠੀਆਂ ਪਾਓ, ਇਹ ਮੰਗ ਕਿਉਂ ਨੀ ਮੰਨੀ ਜਾ ਰਹੀ, ਕਿੰਨੀ ਮੰਗ ਕਿੰਨੀ ਜ਼ਾਹਿਰ ਹੈਗੀ ਹੈ, ਕਿੰਨੀ ਜਮਹੂਰੀ ਹੈ, ਕਿੰਨੀ ਹੱਕੀ ਹੈ, ਕਿੰਨੀ ਫੈਡਰਲ ਸਟੇਟ ਦੇ ਅਨੁਸਾਰੀ ਹੈਗੀ ਹੈ। ਸੋ ਇਸ ਕਰਕੇ ਕੰਮ ਮੁਸ਼ਕਿਲ ਜ਼ਰੂਰ ਹੈਗਾ, ਪਰ ਜੇ ਆਪਾਂ ਇਹਨੂੰ ਸਾਰੇ ਨਾਲ ਰਲ ਮਿਲ ਕੇ, ਇੱਕ ਮੈਂ ਗੱਲ ਕਹਿਣਾ ਚਾਹੁੰਦਾ ਕਿ ਭਾਈ ਸਿੱਖੋ ਦੀ ਸਿੱਖੀ ਕਿਉਂ ਕਹਿਣ, ਕਿਉਂ ਨੀ ਹਿੰਦੂ ਡੈਮੋਕ੍ਰੈਟ ਮਾਈਂਡ ਖੇਡਦੇ, ਕਿਉਂ ਨੀ ਮੁਸਲਿਮ ਡੈਮੋਕ੍ਰੈਟ ਮਾਈਂਡ ਖੇਡਦੇ ਨੇ, ਕਿਉਂ ਨੀ ਇੰਡੀਪੈਂਡੈਂਟ ਡੈਮੋਕ੍ਰੈਟ ਮਾਈਂਡ ਖੇਡਦੇ ਨੇ, ਕਿਉਂ ਨੀ ਸਾਡਾ ਅਸੀਂ ਕਹਿੰਦੇ ਨੇ ਕਿ ਜਮਹੂਰੀਅਤ ਦਾ ਮਤਲਬ ਕੀ ਹੈ, ਸੰਜੀਵ ਸਾਹਿਬ ਨੇ ਜਿਹੜਾ ਦਲਿਤ ਫਰਜ਼ 40 ਸਾਲ ਵੋਟਾਂ ਪਾਈਆਂ, ਇਹ ਵੀ ਜਮਹੂਰੀਅਤ ਹੈ। ਬਹੁਤ ਵਧੀਆ ਹੈਗਾ, ਬਹੁਤ ਵਿਸ਼ਾਲ ਹੈਗਾ। ਜਮਹੂਰੀ ਦਾ ਮਤਲਬ ਹੈਗਾ ਕਿ ਜੇ ਤੁਹਾਡੇ ਮੁਲਕ ਚ 10 ਬੰਦਾ ਗਰੁੱਪ ਵੀ ਇਹ ਮਹਿਸੂਸ ਕਰਦਾ ਹੈਗਾ ਕਿ ਉਹਨਾਂ ਦੀ ਆਜ਼ਾਦ ਹਸਤੀ, ਉਹਨਾਂ ਦੀ ਆਜ਼ਾਦ ਉਹਨਾਂ ਦੀ ਵਿਲੱਖਣਤਾ, ਉਹਨਾਂ ਦੀ ਜਿਹੜੀ ਇੰਡੀਪੈਂਡੈਂਸ ਹੈ, ਉਹਨਾਂ ਦੀ ਜਿਹੜੀ ਧਰਮ ਦੇ ਧਰਮ ਬਾਰੇ ਜਾਂ ਰਹਿ ਰੀਤਾਂ ਬਾਰੇ ਉਹਦੀ ਰਾਖੀ ਹੋਣੀ ਚਾਹੀਦੀ ਹੈਗੀ। ਤਾਂ ਸਟੇਟ ਦਾ ਫਰਜ਼ ਬਣਦਾ ਹੈ ਕਿ ਉਹਦੀ ਕਦਰ ਕਰੇ, ਮੰਨੇ, ਤਾਂ ਹੀ ਆਪਾਂ ਕਹਾਂਗੇ ਇਹ ਆਜ਼ਾਦ ਮੁਲਕ ਹੈ, ਇਹ ਡੈਮੋਕ੍ਰੈਟਿਕ ਮੁਲਕ ਹੈ, ਇੱਕ ਫੈਡਰਲ ਸਟਰਕਚਰ ਵਾਲਾ ਮੁਲਕ ਹੈ। ਬਿਲਕੁਲ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਜਾਣਨਾ ਚਾਹਾਂਗਾ ਇਹਦਾ ਪ੍ਰੋਸੈਸ ਕੀ ਹੈ। ਤੁਸੀਂ ਹੁਣ ਬਿੱਲ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਬਿੱਲ ਤੁਸੀਂ ਪੇਸ਼ ਕਰ ਦਿੱਤਾ, ਤੁਸੀਂ ਇਹਦੇ ਵਾਸਤੇ ਕੈਂਪੇਨ ਸ਼ੁਰੂ ਕੀਤੀ ਹੋਈ ਹੈ, ਜਿਹੜੀਆਂ ਦੂਜੀਆਂ ਪਾਰਟੀਆਂ ਦੇ ਮੈਂਬਰ ਨੇ ਉਹਨਾਂ ਦੇ ਨਾਲ, ਇਸ ਬਿੱਲ ਨੂੰ ਮਨਜੂਰੀ ਦੇ ਵਾਸਤੇ ਕੀ ਇਹਦੇ ਉੱਤੇ ਵੋਟਾਂ ਪੈਣਗੀਆਂ, ਕੋਈ ਜਨਮਤ ਹੋਵੇਗਾ ਪਾਰਲੀਮੈਂਟ ਦੇ ਵਿੱਚ, ਜਾਂ ਇਹਦੇ ਵਾਸਤੇ ਕੀ ਪ੍ਰੋਸੈਸ ਹੈ? ਦੇਖੋ ਜੀ, ਬਿੱਲ ਸੈਂਕੜੇ ਆ ਰਹੇ ਨੇ, ਬਿੱਲ ਤਾਂ ਸਲੈਕਟ ਕਮੇਟੀ ਹੈਗੀ ਹੈ, ਉਹ ਸਲੈਕਟ ਕਰਦੀ ਹੈ ਕਿਹੜਾ ਬਿੱਲ ਪੇਸ਼ ਕਰਨ ਯੋਗ ਹੈਗਾ, ਜਾਂ ਕਿਹੜੇ ਬਿੱਲ ਚ ਕੋਈ ਤੰਗ ਹੈਗਾ, ਜਾਂ ਕਿਹੜਾ ਬਿੱਲ ਜਸਟੀਫਾਈ ਹੈਗਾ, ਜਾਂ ਸੱਚਮੁੱਚ ਉਹ ਪਹਿਲੀ ਗੱਲ ਤਾਂ ਟੈਕਨੀਕਲ ਸਾਰੀਆਂ ਗੱਲਾਂ ਪੂਰੀਆਂ ਕਰਦਾ ਕਿ ਨਹੀਂ ਕਰਦਾ, ਉਸ ਵੱਲੋਂ ਟੈਕਨੀਕਲੀ ਤੌਰ ਤੇ ਚੈੱਕ ਹੋ ਕੇ ਮੇਰਾ ਬਿੱਲ ਮਨਜ਼ੂਰ ਹੋ ਗਿਆ ਜੀ, ਚਿੱਠੀਆਂ ਦੀ ਚਿੱਠੀ ਆ ਗਈ ਹੈ, ਸਾਡਾ ਬਿੱਲ ਟੈਕਨੀਕਲੀ ਉਹਦੀ ਜਿਹੜੀ ਮਤਲਬ ਲੈਜਿਸਲੇਟਿਵ ਬ੍ਰਾਂਚ ਹੈਗੀ ਹੈ, ਲੈਜਿਸਲੇਟਿਵ ਬ੍ਰਾਂਚ ਹੈ ਪੂਰੀ, ਐਮ ਪੀ ਵੀ ਹੈਗੇ ਤੇ ਬਿਊਰੋਕ੍ਰੈਟ ਵੀ ਹੈਗੇ ਆ, ਉਹਨੇ ਮੇਰਾ ਬਿੱਲ ਹਾਂ ਭਰਤੀ ਹੋ ਗਈ ਹੈ, ਹਾਮੀ ਧਰਤੀ ਮੈਂ ਚਿੱਠੀ ਆ ਗਈ, ਸਾਡਾ ਬਿੱਲ ਟੈਕਨੀਕਲੀ ਦਰੁਸਤ ਹੈਗਾ, ਜਿਹੜੀ ਉਹਨੇ ਮੇਰੇ ਕੋਲ ਰੀਜ਼ਨ ਲੋਜਿਕ ਦੀ ਐਕਸਪਲੇਨੇਸ਼ਨ ਮੰਗੀ ਸੀਗੀ, ਜੇ ਮੈਂ ਦਿੱਤੀ ਸੀ ਉਹ ਮਨਜ਼ੂਰ ਕਰ ਲਈ ਗਈ ਸੀ, ਮੈਂ ਕਿਉਂ ਬਿੱਲ ਇਹ ਚਾਹੀਦਾ ਹੈਗਾ, ਕਿਉਂ ਮਤਲਬ ਦਿਨ ਚ ਮੈਂ ਡਿਟੇਲ ਚ ਨਹੀਂ ਜਾਣਾ, ਮੈਂ ਸਾਰਾ ਦੱਸਿਆ ਸੀਗਾ ਕਿ ਕਿਵੇਂ ਮਤਲਬ ਬਿੱਲ ਜ਼ਰੂਰੀ ਹੈਗਾ, ਕਿਵੇਂ ਬਿੱਲ ਜਸਟੀਫਾਈ ਹੈਗਾ ਹੈ, ਕਿ ਜੇਕਰ ਮੁਲਕ ਕਿਸੇ ਵੀ ਭਾਈਚਾਰੇ ਨੂੰ ਬੇਗਾਨਗੀ ਦਾ ਸਾਥ ਹੈਗਾ, ਜਾਂ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਧਰਮ ਨੂੰ ਜਿਹੜੀ ਵਿਲੱਖਣਤਾ ਹੈਗੀ, ਉਹਨਾਂ ਦੀ ਰੋਹ ਰੀਤਾਂ ਰਿਵਾਜਾਂ ਨੂੰ ਇੱਕ ਮਾਨਤਾ ਨਹੀਂ ਮਿਲ ਰਹੀ, ਉਸ ਨੂੰ ਆਜ਼ਾਦ ਮੁਲਕ ਮਿਲਣੀ ਚਾਹੀਦੀ ਹੈਗੀ ਹੈ, ਤਾਂ ਸਟੇਟ ਦਾ ਫਰਜ਼ ਬਣਦਾ ਕਿ ਉਹਦੇ ਇਸ਼ੂ ਐਡਰੈਸ ਐਂਡ ਰੀਡਰੈਸ ਦ ਜੈਨੂਅਨ ਗ੍ਰੀਵਾਂਸਿਸ ਆਫ ਇਟਸ ਪੀਪਲ, ਜੇਕਰ ਤੁਸੀਂ ਕਿਸੇ ਭਾਈਚਾਰੇ ਦੀਆਂ ਜੈਨੂਅਨ ਗ੍ਰੀਵਾਂਸਿਸ ਨੂੰ ਜੈਨੂਅਨ ਦਿੱਕਤਾਂ ਨੂੰ ਐਡਰੈਸ ਨਹੀਂ ਹੁੰਦੇ, ਤਾਂ ਉਹਦੇ ਡਿਸਟੋਰਸ਼ਨਾਂ ਪੈਦਾ ਹੁੰਦੀਆਂ ਨੇ, ਡਿਸਟੋਰਸ਼ਨਾਂ ਪੈਦਾ ਹੋ ਰਹੀਆਂ ਨੇ, ਚਾਹੇ ਉਹ ਨਾਰਥ ਈਸਟ ਦਾ ਮਾਮਲਾ ਹੋਵੇ, ਚਾਹੇ ਪੰਜਾਬ ਦਾ ਮਾਮਲਾ ਹੋਵੇ, ਚਾਹੇ ਦਿੱਲੀ ਵਿਹਲੇ ਕਦੇ ਕਦੇ ਵਿੱਚ ਵਿੱਚ ਤਾਮਿਲਨਾਡੂ ਦਾ ਮਾਮਲਾ ਹੋਵੇ, ਚਾਹੇ ਕਸ਼ਮੀਰ ਦਾ ਮਾਮਲਾ ਹੋਵੇ, ਉਹ ਇੱਕ ਇੱਕ ਆਜ਼ਾਦ ਮੁਲਕ ਵਿੱਚ, ਇੱਕ ਜਮਹੂਰੀ ਮੁਲਕ ਵਿੱਚ, ਇੱਕ ਫੈਡਰਲ ਮੁਲਕ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ, ਇਹ ਜਮਹੂਰੀਅਤ ਦੇ ਖਿਲਾਫ਼ ਹੈਗੀ ਹੈ, ਫੈਡਰਲ ਦੇ ਖਿਲਾਫ਼ ਹੈ, ਔਰ ਆਜ਼ਾਦ ਮੁਲਕ ਦੀ ਜੋ ਕਿਸੇ ਚ ਵਾਪਰਨਾ ਚਾਹੀਦਾ, ਇੱਕ ਡੈਮੋਕ੍ਰੇਸੀ ਜਿਹੜੀ ਕੌਨਫੀਡੈਂਟ ਡੈਮੋਕ੍ਰੇਸੀ ਹੈ, ਯਕੀਨ ਹੈ ਜਿਹਨੂੰ, ਉਹ ਡੈਮੋਕ੍ਰੇਸੀ ਆ ਅਲਾਓ ਕਰਦੀਆਂ ਸਾਡਾ ਡਾਈ ਸੈਂਟਰ ਨੂੰ, ਉਹ ਡਾਇਵਰਸਿਟੀ ਨਾਲ ਅਲਾਓ ਕਰਦੀਆਂ, ਹੁਣ ਇਹ ਡਾਇਵਰਸਿਟੀ ਕਹਿੰਦੇ ਯੂਨਿਟੀ ਡਾਇਵਰਸਿਟੀ ਕਹਿਣ ਨੂੰ ਕਹੀ ਜਾਂਦੇ ਆ, ਕਿ ਯੂਨਿਟੀ ਡਾਇਵਰਸਿਟੀ ਅਸਲ ਦੇ ਆ ਸਬਜੁਗੇਟਿੰਗ ਡਾਇਵਰਸਿਟੀ ਟੂ ਯੂਨਿਟੀ, ਡਾਇਵਰਸਿਟੀ ਯੂਨਿਟੀ ਅੰਦਰ ਥੋੜੇ ਦੱਬ ਕੇ ਰੱਖਦੇ ਹੋਏ, ਠੀਕ ਹੈ ਜੀ। ਡਾਇਵਰਸਿਟੀ ਯੂਨਿਟੀ ਬਿਲਕੁਲ ਗਲਤ ਅਰਥ ਕੱਢਿਆ ਜਾ ਰਿਹਾ, ਗਲਤ ਅਪਲਾਈ ਕੀਤਾ ਜਾ ਰਿਹਾ, ਅਸਲ ਚ ਯੂਨਿਟੀ ਹੈਗੀ ਹੈ, ਡਾਇਵਰਸਿਟੀ ਦਾ ਉਸ ਤਰ੍ਹਾਂ ਦਾ ਜੋ ਡਾਇਵਰਸਿਟੀ ਨੂੰ ਕਦਰ ਹੈਗੀ ਹੈ, ਜੋ ਰੁਤਬਾ ਹੈਗਾ,
ਜਿਹੜਾ ਸਟੇਟਸ ਹੈ ਡਾਇਵਰਸਿਟੀ ਦਾ ਉਹਨੂੰ ਮਤਲਬ ਦਬਾ ਕੇ ਰੱਖਿਆ ਜਾ ਰਿਹਾ ਹੈਗਾ। ਇੱਕ ਜੈਨੂਇਨ ਡੈਮੋਕ੍ਰੇਸੀ ਦੀ ਗੱਲ ਨਹੀਂ, ਇੱਕ ਜੈਨੂਇਨ ਫੈਡਰਲ ਗੱਲ ਨਹੀਂ ਹੈਗੀ, ਬਿਲਕੁਲ ਇੱਕ ਬਹੁਤ ਸੰਖਿਕ ਬਾਤ। ਤੇ ਡਾਕਟਰ ਸਾਹਿਬ ਇਹ ਚੀਜ਼ ਲਗਾਤਾਰ ਵੱਧਦੀ ਜਾ ਰਹੀ ਹੈ ਕਿ ਜਿਹੜੀ ਡਾਇਵਰਸਿਟੀ ਹੈ, ਜਿਹੜੀ ਵਿਭਿੰਨਤਾ ਆ, ਉਹਨੂੰ ਲਗਾਤਾਰ ਦੱਬਿਆ ਜਾ ਰਿਹਾ ਤੇ ਦੱਬਿਆ ਨਹੀਂ ਜਾ ਰਿਹਾ, ਉਹਨੂੰ ਖਤਮ ਕਰਨ ਦੀਆਂ ਵੀ ਕੋਸ਼ਿਸ਼ਾਂ ਨੇ। ਹਾਂ ਬਿਲਕੁਲ, ਇਹ ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ ਹੈ। ਯੂਨਿਟੀ ਮੀਨ ਬਿਲਕੁਲ ਯੂਨਿਟੀ, ਇਸਕੇ ਨਾ ਕੋਈ ਯੂਨਿਟੀ ਨਹੀਂ ਹੋ ਸਕਦੀ, ਦਸ ਸਾਲ ਕਰ ਲੋ, ਵੀਹ ਸਾਲ ਕਰ ਲੋ। ਔਰ ਇਹੀ ਕਾਰਨ ਹੈ ਕਿ ਪੰਜਾਬ ਬਾਰ 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 ਹਰ ਦਸ ਵੀਹ ਸਾਲ ਬਾਅਦ ਇਹ ਮੁੱਦਾ ਉਭਰਦਾ ਹੈਗਾ। ਕਦੀ ਉਹ ਪੰਜਾਬੀ ਸੂਬੇ ਦੇ ਰੂਪ ਵਿਚ ਉਭਰਦਾ ਹੈਗਾ, ਕਦੀ ਉਹ ਖਾਲਸਾ ਦੇ ਨਾਂ ਤੇ ਉਭਰਦਾ ਹੈਗਾ, ਕਦੀ ਉਹ ਕਦੇ ਕਿਸੇ ਹੋਰ ਮੁੱਦੇ ਨੂੰ ਲੈ ਕੇ ਉਭਰਦਾ ਹੈਗਾ। ਇਹ ਸਾਥ ਬਗਾਨਗੀ ਦਾ ਸਾਥ ਹਿੰਦੁਸਤਾਨ ਦੇ 3 ਕਰੋੜ ਲੋਕਾਂ ਚ ਹੈਗਾ ਹੈ, ਤਾਂ ਸਟੇਟ ਦੀ ਡਿਊਟੀ ਮੰਗੀ ਇਹ ਕਿ ਸਟੇਟ ਨੂੰ ਅਡਰੈਸ ਹੋਵੇ, ਇਹਨੂੰ ਰਿਲੈਕਸ ਕਰੇ, ਔਰ ਲੋਕਾਂ ਨੂੰ ਖੁੱਲੇ ਅਸਮਾਨ ਚ ਵਿਚਰਨ ਦਾ, ਇੱਕ ਖੁੱਲੀ ਜਮਹੂਰੀ ਵਿਚਰਨ ਦਾ। ਇਸੇ ਕਰਕੇ ਡਾਕਟਰ ਸਾਹਿਬ ਬੀਤੇ ਦਿਨੀ ਜਿਹੜੀ ਤੁਹਾਡੀ ਇੱਕ ਸਟੇਟਮੈਂਟ ਆਈ ਸੀ ਕਿ ਖਾਲਿਸਤਾਨ ਦੇ ਮਾਮਲੇ ਦੇ ਉੱਤੇ ਵੀ ਪੰਜਾਬ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ ਇਹਦੇ ਉੱਤੇ ਖੁੱਲੀ ਬਹਿਸ ਹੋਣੀ ਚਾਹੀਦੀ ਹੈ, ਉਹ ਵੀ ਇੱਕ ਅਸਾਰੂ ਉਪਰਾਲਾ ਸੀ ਤੇ ਜਿਹੜੀਆਂ ਹਿੰਦੁਸਤਾਨ ਦੀਆਂ ਆਮ ਜਿਹੜੀਆਂ ਸਿਆਸੀ ਕਹਿ ਲਈਏ ਕਿ ਜਿਹੜੀਆਂ ਲੀਹਾਂ ਨੇ ਉਹਨਾਂ ਤੋਂ ਅਲੈਦਾ ਹੋ ਕੇ ਤੁਸੀਂ ਗੱਲ ਕੀਤੀ ਸੀ, ਜਿਹੜੀ ਕਾਫ਼ੀ ਜ਼ਿਆਦਾ ਚੁਭਵੀਂ ਵੀ ਲੱਗੀ ਸੀ। ਪਰ ਜਿਹੜੇ ਇੱਕ ਡੈਮੋਕ੍ਰੇਟਿਕ ਕੰਟਰੀ ਦੀ ਅਸੀਂ ਨੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇਸ ਤਰੀਕੇ ਦੇ ਨਾਲ ਗੱਲਾਂ ਦਾ ਹੱਲ ਹੋਣਾ ਚਾਹੀਦਾ। ਡਾਕਟਰ ਸਾਹਿਬ, ਥੋੜਾ ਸਮੇਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਮੈਂ ਗੱਲ ਨੂੰ ਅੱਗੇ ਤੋਰਦਾ। ਤੁਸੀਂ ਆਮ ਆਦਮੀ ਪਾਰਟੀ ਦੇ ਉਹਨਾਂ ਮੁੱਢਲਿਆਂ ਮੈਂਬਰ ਸਾਹਿਬਾਨਾਂ ਦੇ ਵਿੱਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜਦੋਂ ਹੋਂਦ ਦੇ ਵਿੱਚ ਆਈ ਹੈ, ਉਹਨਾਂ ਸ਼ੁਰੂਆਤ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਰਹੇ ਹੋ, ਭਾਵੇਂ ਕਿ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁਝ ਮਾਮਲਿਆਂ ਨੂੰ ਲੈ ਕੇ ਤੁਹਾਡੇ ਨਾਲ ਉਹਨਾਂ ਦੀ ਕੋਰ ਕਮੇਟੀ ਦੇ ਜਾਂ ਜਿਹੜੀ ਲੀਡਰਸ਼ਿਪ ਹੈ ਉਹਦੇ ਮਤਭੇਦ ਹੋਏ, ਤੁਸੀਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਬਰਤਰਫ ਕੀਤਾ, ਇਨੀ ਦਿਨੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਆਮ ਆਦਮੀ ਪਾਰਟੀ ਨੇ। ਨਿਤ ਦਿਨ ਅਸੀਂ ਅਖਬਾਰਾਂ ਖੋਲਦੇ ਹਾਂ, ਕਿਸੇ ਸਿਰ ਕੱਢਵੇਂ ਤੇ ਕਿਸੇ ਆਮ ਜੇ ਆਗੂ ਦਾ ਸਾਨੂੰ ਪੜ੍ਹਨ ਨੂੰ ਮਿਲਦਾ ਕਿ ਉਹਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਜਾਂ ਆਉਣ ਦੀਆਂ ਤਿਆਰੀਆਂ ਨੇ। ਆਮ ਆਦਮੀ ਪਾਰਟੀ ਜਦੋਂ ਹੋਂਦ ਦੇ ਵਿੱਚ ਆਈ ਸੀ ਤੇ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਸਾਫ਼ ਸੁਥਰੀ ਸਿਆਸਤ ਕਰੇਗੀ ਤੇ ਆਮ ਲੋਕਾਂ ਦੇ ਵਿੱਚੋਂ ਲੀਡਰ ਪੈਦਾ ਕਰੇਗੀ। ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਵਿੱਚੋਂ ਲੀਡਰ ਪੈਦਾ ਨਹੀਂ ਕੀਤੇ ਜਾ ਰਹੇ ਤੇ ਜਿਹੜੇ ਪਹਿਲਾਂ ਹੀ ਸਿਆਸਤ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਕਿਸਮਤ ਅਜਮਾ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਕੁਝ ਲੋਕ ਦਾਗੀ ਵੀ ਨੇ, ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ? ਜਿਵੇਂ ਆਮ ਆਦਮੀ ਪਾਰਟੀ ਦਾ ਜਦੋਂ ਗਠਨ ਹੋਇਆ, ਲੋਕ ਰਾਜਨੀਤਿਕ ਦ੍ਰਿਸ਼ਟੀ ਪੂਰਾ ਹੋਇਆ, ਤਾਂ ਇਹ ਇੱਕ ਸਮਾਜ ਦੀਆਂ ਪੁਰਾਣੀਆਂ ਪਾਰਟੀਆਂ ਦੇ ਬਦਲਦੇ ਤੌਰ ਤੇ ਪੇਸ਼ ਹੋਇਆ। ਔਰ ਦੋ ਤਰ੍ਹਾਂ ਦੇ ਬੰਦੇ ਆਏ ਨੇ ਆਮ ਆਦਮੀ ਪਾਰਟੀ ਚ। ਇੱਕ ਆਏ ਨੇ, ਮੈਂ ਕਹਿੰਦਾ ਕਿ ਇੱਕ ਫਰਸਟ੍ਰੇਸ਼ਨ ਆਫ ਦੀ ਓਲਡ ਐਂਡ ਐਕਸਪ੍ਰੇਸ਼ਨ ਆਫ ਦੀ ਯੂਥ, ਦੋਹਾਂ ਦਾ ਬੜਾ ਅਜੀਬ ਕੰਬੀਨੇਸ਼ਨ ਸੀਗਾ, ਬੜਾ ਸ਼ਾਨਦਾਰ ਕੰਬੀਨੇਸ਼ਨ ਸੀਗਾ। ਜਿਹੜੀ ਸਾਡੀ ਪੀੜ੍ਹੀ ਦੇ ਲੋਕ ਸੀਗੇ, 50 ਮਹਿੰਦੇ ਸੱਠਿਆਂ ਦੇ, ਉਹਨਾਂ ਦੇ ਜੋ ਪਿੱਛੇ ਦਿਨ ਤੰਗ ਜਿੰਨਾ ਉਹ ਦੇਖਿਆ ਮੁਲਕ ਵਿੱਚ, ਜੋ ਅਤਿਆਚਾਰ ਲੋਕਾਂ ਦੇ, ਲੋਕਾਂ ਦੀਆਂ ਜਿਹੜੀਆਂ ਆਕਾਂਕਸ਼ਾਵਾਂ ਸੀਗੀਆਂ ਪੂਰੀਆਂ ਨਹੀਂ ਹੋਈਆਂ ਆਜ਼ਾਦੀ ਤੋਂ ਬਾਅਦ, ਉਹਦੇ ਲਗਾਤਾਰ ਜੋ ਕਰਪਸ਼ਨ, ਜੋ ਬੇਈਮਾਨੀ, ਜੋ ਸਿਸਟਮ ਦਾ ਜੋ ਨਗਾਰ ਸਾਹਮਣੇ ਆਇਆ, ਉਦੋਂ ਔਖੇ ਸੀਗੇ, ਆਪਣੇ ਸਮੇਂ ਤੇ ਲੜਦੇ ਰਹੇ, ਬੋਲਦੇ ਰਹੇ, ਲਿਖਦੇ ਰਹੇ, ਪਰ ਉਹਦੇ ਬਾਅਦ ਵੀ ਸਿਸਟਮ ਨੂੰ ਕੁਦਰਤੀ ਵੱਡੀ ਢਾਹ ਨਹੀਂ ਲੱਗੀ। ਤੇ ਦੂਜਾ ਜਿਹੜੀ ਨਵੀਂ ਪੀੜ੍ਹੀ ਆਈ ਸੀਗੀ, ਜਿਹੜੀ ਦੇਖ ਰਹੀ ਸੀ ਕਿ ਬਾਹਰ ਦੁਨੀਆਂ ਕਿੰਨਾ ਚੰਗਾ ਸੌਖਾ ਵਾਤਾਵਰਨ ਹੈਗਾ, ਡੈਮੋਕ੍ਰੇਸੀ ਦੇ ਮਾਮਲੇ, ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਮਾਮਲੇ, ਬਜ਼ੁਰਗਾਂ ਦੇ ਮਾਨਸਿਕਾਂ ਦੇ ਮਾਮਲੇ, ਜਾਂ ਬੱਚਿਆਂ ਦੇ ਸਟੇਟਸ ਹੈਗਾ, ਜੋ ਔਰਤਾਂ ਦਾ ਸਟੇਟਸ ਹੈ, ਉਹਦੇ ਮੁਕਾਬਲੇ ਸਾਡਾ ਮੁਲਕ ਕਿੰਨਾ ਹੋਣਾ ਹੈਗਾ। ਇੱਕ ਉਹ ਜਿਹੜੀ ਯੂਥ ਆਈ ਸੀਗੀ, ਉਹ ਯੂਥ ਉਹ ਕੰਬੀ ਅਕਾਲੀਆਂ ਦੇ ਖਿਲਾਫ਼, ਕਾਂਗਰਸ ਦੇ ਖਿਲਾਫ਼ ਇੱਕ ਸਰਕਾਰ ਬਣਾਉਣ ਵਾਸਤੇ ਨਹੀਂ ਸੀ ਆਈ। ਉਸ ਯੂਥ ਦਾ ਇੱਕ ਵਡੇਰਾ ਮਕਸਦ ਸੀਗਾ, ਇੱਕ ਮਤਵਾਦਲ ਰਾਜਨੀਤੀ, ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨੀ ਹੈ, ਨਵੀਂ ਰਾਜਨੀਤੀ ਚ ਜਿਹੜੀ ਪਾਰਦਰਸ਼ਤਾ ਹੈਗੀ ਹੈ, ਸਿਆਸੀ ਪਾਰਦਰਸ਼ਤਾ, ਆਰਥਿਕ ਪਾਰਦਰਸ਼ਤਾ, ਸਵਰਾਜ ਦਾ ਕੰਸੈਪਟ, ਲੋਕਾਂ ਦੀ ਪੁੱਛ ਗਿੱਛ ਹੋਗੀ, ਲੋਕਾਂ ਦੀ ਪੁੱਛ ਪਤੀਤ ਹੋਗੀ, ਆਮ ਲੋਕਾਂ ਦੀ ਜਿਹੜੀ ਭਾਗੀਦਾਰੀ ਹੋਗੀ ਸਿਸਟਮ ਨੂੰ ਚਲਾਉਣ ਵਿੱਚ, ਜਾਂ ਈਵਨ ਪਾਰਟੀ ਦੀ ਪਾਰਟੀਆਂ ਵਿੱਚ ਵੀ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੋਊਗੀ, ਜਿਸ ਚ ਆਮ ਬੰਦੇ ਵੀ, ਜਿਵੇਂ ਹੁਣ ਇੱਥੇ ਖਾਨਦਾਨੀ ਪਾਰਟੀਆਂ ਬਣੀਆਂ ਹੋਈਆਂ, ਕੋਈ ਸੋਨੀਆ ਦੀ ਪਾਰਟੀ ਹੈ, ਕੋਈ ਬਾਦਲ ਦੀ ਪਾਰਟੀ, ਕੋਈ ਮਮਤਾ ਦੀ ਪਾਰਟੀ, ਕੋਈ ਬਲਾਇਮ ਦੀ ਪਾਰਟੀ ਹੈਗੀ ਹੈ। ਸੋ ਇਸ ਤਰ੍ਹਾਂ ਦਾ ਜੋ ਹੈ ਅਨਡੈਮੋਕ੍ਰੈਟਿਕ ਸਥਾਨਾ ਬਣਾ ਹੈਗਾ। ਮਿਸਾਲ ਦੇ ਤੌਰ ਤੇ ਕਿ ਮਹਾਰਾਜਾ ਪਟਿਆਲਾ ਸਿੰਘ ਮਤਲਬ ਆਪਣੇ ਆਪ ਚ ਇੱਕ ਬਰਿਆਸਤੀ ਹੋਈ ਹੈ, ਪੰਜਾਬ ਚ ਸ਼ਾਹੀ ਖਾਨਦਾਨ ਹੈਗਾ, ਕਾਂਗਰਸ ਨੇ ਕੀਸੀ ਕਰਾਤੀ ਮਹਾਰਾਜਾ ਸਾਹਿਬ ਦੀ ਪ੍ਰਧਾਨਗੀ ਦੇਣ ਵਾਸਤੇ। ਪੰਜਾਬ ਦੇ ਕਾਂਗਰਸ ਦਾ ਹੱਕ ਨੀ ਹੈਗਾ ਇੱਕ ਇੱਕ ਆਪਣਾ ਆਪ ਪੰਜਾਬ ਦਾ ਪ੍ਰਧਾਨ ਚੁਣ ਲੈਣ। ਇਵੇਂ ਪਟਿਆਲੇ ਦਾ ਮੇਅਰ ਕੌਣ ਲੱਗਣਾ ਹੈਗਾ, ਇਹਦਾ ਫੈਸਲਾ ਪਟਿਆਲੇ ਦੇ ਕੌਂਸਲਰ ਵੀ ਕਰ ਸਕਦੇ। ਬਾਦਲ ਸਾਹਿਬ
ਜੇ ਚੰਡੀਗੜ੍ਹ ਭਰਤੀ ਕਰਦੇ ਨੇ ਆਰਡਰ ਕਰਦੇ ਨੇ ਕਿ ਫਲਾਨਾ ਬੰਦਾ ਡਿਗਰ ਹੋ ਗਿਆ, ਜਿਹੜੀ ਏਦਾਂ ਦੀਆਂ ਪਾਰਟੀਆਂ ਅਨਡੈਮੋਕ੍ਰੈਟਿਕ ਸੀਗੀਆਂ ਉਹਦੀ ਬਿਰਸਬਤ ਇੱਕ ਅਗਲੀ ਪਾਰਟੀ ਲੋਕਾਂ ਨੂੰ ਪਾਰਟੀ ਦੀ ਜ਼ਰੂਰੀਅਤ ਹੋਵੇਗੀ, ਆਮ ਲੋਕੀ ਆਪਣੀ ਥਾਂ ਤਲਾਸ਼ ਸਕਣ, ਦੇਸ਼ ਵਾਸਤੇ ਕੁਛ ਕਰਨ ਲਈ ਜੇ ਉਹਨਾਂ ਕੋਲ ਆਈਡੀਆ ਹੈ ਜਾਂ ਪਛਾਣ ਹੈ ਜਾਂ ਇੱਛਾ ਹੈਗੀ ਹੈ ਤਾਂ ਉਹਨਾਂ ਨੂੰ ਥਾਂ ਮਿਲੇਗੀ। ਸੋ ਇਹ ਇਹਨੂੰ ਇਕੱਲਾ ਇਹ ਕਹਿਣਾ ਕਿ ਅਕਾਲੀ ਤੇ ਕਾਂਗਰਸ ਦਾ ਬਦਲ ਹੀ ਸੀਗਾ, ਬਦਲ ਸੀਗਾ ਇੱਕ ਮਤਵਾਦਲ ਰਾਜਨੀਤੀ ਲੈ ਕੇ, ਇੱਕ ਆਲਟਰਨੇਟਿਵ ਵਿਕਲਪਿਕ ਰਾਜਨੀਤੀ ਲੈ ਕੇ। ਉਹ ਜਿਹੜੀ ਭਾਵਨਾ ਸੀਗੀ ਬਾਰਾਂ ਦੀ ਸਨ 13 ਦੀ, ਹੌਲੀ 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 ਉਹ ਭਾਵਨਾ ਪੱਧਰਾਂ ਕਰਕੇ ਉਹ ਕਾਫੀ ਲਿਕੁਡੇਟ ਕਾਫੀ ਉਹ ਲਿਕੁਡੇਟ ਨਹੀਂ ਹੋਈ, ਬਲਕਿ ਉਹ ਵਿੱਚ ਬਹੁਤ ਵੱਡਾ ਖੋਰਾ ਲੱਗਿਆ ਹੈਗਾ। ਜੇ ਤੁਸੀਂ ਦੇਖੋਗੇ ਕਿ ਜੇ 13 ਚ MLA ਚੁਣੇ ਗਏ ਸੀਗੇ ਦਿੱਲੀ ਵਿੱਚ, ਉਹ 28 ਦੇ 28 MLA ਕਿੰਨੇ ਆਮ ਘਰਾਂ ਦੇ ਜਾਂ ਆਮ ਆਦਮੀ ਸੀਗੇ, ਤੇ ਜਿਹੜੇ 2015 ਚ MLA ਚੁਣੇ ਗਏ ਉਹਨਾਂ ਦਾ ਜੇ ਤੁਸੀਂ ਇਕਨੋਮਿਕ ਸਟੇਟਸ ਦੇਖੋਗੇ ਤਾਂ ਲੱਗੂਗਾ ਕਿ ਉਹ ਬਹੁਤ ਦੂਜੀ ਪਾਰਟੀਆਂ ਦੇ ਤਕਰੀਬਨ ਬਰਾਬਰ ਹੀ ਅਪਰਾਧੀ ਨੇ। ਦੂਜੇ 20-21 ਬੰਦੇ ਅਪਰਾਧੀ ਕਿਸਮ ਦੇ ਨੇ, 4-5 ਬੰਦੇ ਦਿੱਲੀ ਦੇ MLA ਜੇਲ੍ਹ ਜਾ ਚੁੱਕੇ ਨੇ ਅਲੱਗ ਅਲੱਗ ਅਪਰਾਧਾਂ ਵਿੱਚ, ਸਸਪੈਂਡ ਕਰਨੇ 2 MP ਕਰਪਸ਼ਨ ਦੇ ਚਾਰਜਿਸ ਵਿੱਚ ਸਸਪੈਂਡ ਕਰਨੇ ਪਏ ਨੇ। ਸੋ ਕਿਉਂ ਕਰਨੇ ਪਏ ਨੇ? ਕਿਉਂਕਿ ਜਿਹੜੀ ਚੋਣ ਸੀਗੀ ਉਹ ਸਾਰੀ ਉਹਨਾਂ ਦਰਸ਼ਨ ਤੱਕ ਨਹੀਂ ਹੋਈ, ਦਰਸ਼ਨ ਲੈ ਕੇ ਆਮ ਆਦਮੀ ਪਾਰਟੀ ਚੱਲੀ ਸੀ। ਉਹ ਪੰਜਾਬ ਦੀ ਗੱਲ ਹੋਈ ਹੈ, ਪੰਜਾਬ ਦਾ 2 ਸਵਾਲ ਹੈ ਮੇਰੇ ਸਾਹਮਣੇ। ਮੈਂ ਹਾਲਾਂਕਿ ਮੈਂ ਤੁਹਾਨੂੰ ਪਤਾ ਕਿ ਮੈਂ ਜੇ ਮੈਂ ਐਂਟੀ ਕਾਂਗਰਸ ਹੈ ਜਾਂ ਐਂਟੀ BJP ਅਕਾਲੀ ਦਲ ਹੈਗਾ, ਤਾਂ ਮੈਂ ਇਸ ਕਰਕੇ ਨਹੀਂ ਹੈਗਾ ਕਿ ਮੈਂ ਆਮ ਆਦਮੀ ਪਾਰਟੀ ਦਾ, ਮੇਰਾ 40 ਸਾਲ ਦਾ ਇੱਕ ਜ਼ਿੰਦਗੀ ਦੀ ਇੱਕ ਸੋਚ ਰਹੀ ਹੈਗੀ ਹੈ। ਮੈਂ ਸਰਗਰਮ ਰਿਹਾ ਲਗਾਤਾਰ, ਮੈਂ ਪਹਿਲੀ ਵਾਰ ਐਮਰਜੈਂਸੀ ਦਾ ਵਿਰੋਧ ਕਰਕੇ ਸਾਲ 1975 ਚ ਜਦੋਂ ਮੈਂ ਮੈਡੀਕਲ ਕਾਲਜ ਆਖਰੀ ਸਾਲ ਦਾ ਵਿਦਿਆਰਥੀ ਸੀ, ਉਦੋਂ ਜਮਹੂਰੀ ਹੱਕਾਂ ਦਾ ਜੋ ਧਾਨ ਕੀਤਾ ਸੀ ਇੰਦਰਾ ਗਾਂਧੀ ਨੇ, ਉਹਦੇ ਖਿਲਾਫ਼ ਮੈਂ ਜੇਲ੍ਹ ਚ ਗਿਆ ਸੀਗਾ। ਉਦੋਂ ਤੋਂ ਲੈ ਕੇ 2015 ਆ ਗਿਆ ਹੈਗਾ, ਮੈਂ ਤੇ ਮੇਰੇ ਵਰਗੇ ਹੋਰ ਲੋਕ ਲਗਾਤਾਰ ਇਸ ਸਿਸਟਮ ਦੇ ਖਿਲਾਫ਼, ਇਹਨਾਂ ਰਵਾਇਤੀ ਪਾਰਟੀ ਦੇ ਖਿਲਾਫ਼, ਕਿਸੇ ਨਾ ਕਿਸੇ ਰੂਪ ਵਿਚ ਦਲਿਤਾਂ ਦੇ ਮਾਮਲੇ ਨੂੰ ਲੈ ਕੇ, ਔਰਤਾਂ ਦੇ ਹੱਕਾਂ ਨੂੰ ਲੈ ਕੇ, ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ, ਕਿਸਾਨੀ ਹੱਕਾਂ ਲੈ ਕੇ, ਨੌਜਵਾਨਾਂ ਦੇ ਹੱਕਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਹਾਂ। ਸਾਡੇ ਖੂਨ ਵਿਚ ਐਂਟੀ ਕਾਂਗਰਸਿਜ਼ਮ ਐਂਟੀ ਅਕਾਲੀ ਗੁਣਾ ਸਾਡੇ ਖੂਨ ਵਿਚ ਹੈਗਾ, ਇਸ ਕਰਕੇ ਉਹ ਬਦਲ ਕੇ ਅਸੀਂ ਇੱਕ ਅਜਿਹਾ ਸਿਸਟਮ ਵਾਸਤੇ ਆਏ ਸੀਗੇ, ਇੱਕ ਅਜਿਹਾ ਸੁਪਨਾ ਲੈ ਕੇ ਆਏ ਸੀਗੇ ਕਿ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਹੋਊਗੀ, ਅਲੱਗ ਤਰ੍ਹਾਂ ਦੀ ਪਾਰਟੀ ਹੋਊਗੀ, ਅਲੱਗ ਤਰ੍ਹਾਂ ਦਾ ਤਾਣਾ ਮਾਣਾ ਹੋਊਗਾ, ਆਮ ਲੋਕਾਂ ਦੀ ਪੁੱਛ ਪ੍ਰਤੀਤ ਹੋਊਗੀ, ਆਮ ਲੋਕਾਂ ਵਿਚੋਂ ਜਿਹੜੇ MLA ਹੈ ਜਾਂ ਜਿਹੜੇ ਨੁਮਾਇੰਦੇ ਹੈਗੇ ਆ ਉਹ ਚੁਣੇ ਜਾਣਗੇ ਔਰ ਜ਼ਰੂਰੀ ਢੰਗ ਨਾਲ ਚੁਣੇ ਜਾਣਗੇ। ਲੇਕਿਨ ਹੁਣ ਪੰਜਾਬ ਵਿਚ ਹੋ ਰਿਹਾ ਹੈਗਾ ਕਿ ਪਹਿਲਾਂ ਦਿੱਲੀ ਚੋਣ ਹੈ, ਉਹਦਾ ਰੈਪੂਟੇਸ਼ਨ ਹੈਗਾ ਹੈ ਕਿ ਸੱਤਾ ਹਾਸਲ ਕਰਨੀ ਹੈਗੀ ਹੈ, ਅਕਾਲੀਆਂ ਨੂੰ ਹਰਾਉਣਾ, ਕਾਂਗਰਸ ਨੂੰ ਹਰਾਉਣਾ, ਜਿਹੜਾ ਹੱਥ ਨੂੰ ਚਾਹੁੰਦਾ ਮੈਂ ਨੀ ਚਾਹੁੰਦਾ। ਔਰ ਮੈਂ ਤੁਸੀਂ ਦੇਖੋਗੇ ਆਮਲੇ ਸਮੇਂ ਤਾਂ ਅਸੀਂ ਕਿੰਨਾ ਮਤਲਬ ਇਹਨਾਂ ਨੂੰ ਮਤਲਬ ਭਾਜਪਾ ਪਾਉਂਦੇ ਅਕਾਲੀਆਂ ਕਾਂਗਰਸ ਦੋਨਾਂ ਨੂੰ ਅਜਾਜੀਪਲ ਲੈਵਲ ਤੇ ਕੋਈ ਪਾਰਟੀ ਲੈਵਲ ਤੇ ਵੀ, ਪਰ ਉਸ ਚ ਜੋ ਇੱਕ ਵਿਕਲਪਿਕ ਰਾਜਨੀਤੀ ਦਾ ਮਾਡਲ ਪੇਸ਼ ਕਰਨਾ ਸੀਗਾ, ਜੋ ਪਾਰਟੀ ਵੱਖਰੀ ਤਰ੍ਹਾਂ ਦੀ ਪਾਰਟੀ ਦਾ ਗਠਨ ਕਰਨਾ ਸੀਗਾ, ਉਹ ਜਿਹੜਾ ਮੁੱਦਾ ਸੀਗਾ ਬੁਨਿਆਦੀ ਮੁੱਦਾ ਡਾਕਟਰ ਸਾਹਿਬ, ਇਸੇ ਕਰਕੇ ਜਿਹੜੇ ਪਿਛਲਿਆਂ ਸਮਿਆਂ ਦੇ ਵਿਚ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਚ ਸੁਖਪਾਲ ਖਹਿਰਾ ਕਾਂਗਰਸ ਦੇ ਸਿਰ ਕੱਢਵਾਂ ਆਗੂ, ਉਧਰੋਂ ਹੁਣ ਇਸੇ ਤਰੀਕੇ ਦੇ ਨਾਲ ਪਟਿਆਲੇ ਤੋਂ ਹੀ ਕਾਂਗਰਸ ਦੇ ਇਕ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਉਹ ਸ਼ਾਮਲ ਹੋਏ ਨੇ, ਹਾਲਾਂਕਿ ਉਨ੍ਹਾਂ ਦੀ ਧਰਮਪਤਨੀ ਦੇ ਉੱਤੇ ਇਕ ਤਕਰੀਬਨ 1.25 ਕਰੋੜ ਦੇ ਗਵਰਨ ਦਾ ਉਹਦੀ ਧਰਮਪਤਨੀ ਦੇ ਉੱਤੇ ਦੋਸ਼ ਲੱਗਾ। ਇਸੇ ਤਰੀਕੇ ਦੇ ਨਾਲ ਨਵਜੋਤ ਸਿੱਧੂ ਦੀਆਂ ਵੀ ਚਰਚਾਵਾਂ ਚੱਲੀਆਂ, ਬੈਂਸ ਭਰਾਵਾਂ ਦੀਆਂ ਚਰਚਾਵਾਂ ਚੱਲੀਆਂ ਨੇ, ਮਨਪ੍ਰੀਤ ਬਾਦਲ ਦੀ ਚਰਚਾ ਚੱਲਦੀ ਪਈ ਹੈ, ਕਿਸੇ ਵੀ ਸਮੇਂ ਉਹ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋ ਸਕਦੇ ਨੇ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਸ ਤਰੀਕੇ ਦਾ ਵੱਖ ਵੱਖ ਸੁਰਾਂ ਵਾਲੇ ਵੱਖ ਵੱਖ ਧੜਿਆਂ ਤੋਂ ਆਏ ਹੋਏ ਵੱਖ ਵੱਖ ਵਿਚਾਰਧਾਰਾਵਾਂ ਦੇ ਤੇ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਦੇ ਜਿਹੜੇ ਲੋਕ ਨੇ ਵੱਖੋ ਵੱਖਰੇ ਸਮਰੇ ਦੇ ਉੱਤੇ ਵੱਖੋ ਵੱਖਰੀਆਂ ਗੱਲਾਂ ਕਰਕੇ ਜਿਹੜੇ ਚਰਚਾਵਾਂ ਦੇ ਵਿਚ ਰਹੇ ਨੇ, ਇਹੋ ਜਿਹੀ ਮਲਗੋਬੇ ਵਾਲੀ ਪਾਰਟੀ ਪੰਜਾਬ ਦੇ ਵਾਸਤੇ ਕਿੰਨੀ ਕੁ ਲਾਹੇਵੰਦ ਹੋ ਸਕਦੀ ਹੈ? ਦੇਖੋ ਇਹ ਬੜੀ ਕਿਰਪਾਲ ਹੈ, ਲੋਕਾਂ ਨੂੰ ਪੰਜਾਬੀ ਨੂੰ ਸਮਝ ਨਹੀਂ ਆ ਰਹੀ ਹੈਗੀ ਹੈ ਕਿ ਅਸੀਂ ਕਰਨਾ ਕੀ ਹੈਗਾ, ਕਿ ਅਸੀਂ ਕੀ ਇਹ ਸਿਰਫ ਅਕਾਲੀ ਦਲ ਕਾਂਗਰਸ ਦਾ ਬਦਲ ਪੈਦਾ ਕਰਨਾ ਹੈਗਾ ਜਾਂ ਇੱਕ ਨਵੀਂ ਰਾਜਨੀਤੀ ਲੈ ਕੇ ਆਣੀ ਹੈਗੀ ਹੈ। ਔਰ ਜਿਹੜੇ ਇਹ ਮੈਨੂੰ ਦੱਸੋ ਦੋਸਤ ਕਿ ਜਿਹੜੇ ਪਾਰਟੀਆਂ ਦੇ ਲੀਡਰ ਚਾਹੇ ਖਹਿਰਾ ਹੈਗਾ, ਚਾਹੇ ਰਾਜਲਾ ਹੈਗਾ, ਚਾਹੇ ਕੱਲ ਨੂੰ ਸਿੱਧੂ ਆਉਂਦਾ, ਚਾਹੇ ਕੱਲ ਨੂੰ ਮਨਪ੍ਰੀਤ ਬਾਦਲ ਆਉਂਦਾ ਹੈਗਾ, ਕੀ ਇਹ ਵਿਕਲਪਿਕ ਰਾਜਨੀਤੀ ਵਾਸਤੇ ਆਉਣਗੇ, ਕੀ ਇਹ ਸਿਸਟਮ ਬਦਲ ਲਾਣਗੇ, ਕੀ ਇਹ ਕਾਹਦੇ ਵਾਸਤੇ ਆ ਰਹੇ ਨੇ? ਔਰ ਅੱਜ ਤੱਕ 20 ਸਾਲ ਚ ਇਹ ਜੱਜ ਜਾਂ ਬਿਨਾਂ ਸਾਲਾਂ ਤੋਂ ਜਿਹਨਾਂ ਪਾਰਟੀ ਰਹੇ ਨੇ
ਜੇ ਪੂਰੀ ਸੱਤਾ ਸੁੱਖ ਮੰਨ ਕੇ ਪੂਰੀ ਸੱਤਾ ਦੇ ਜੇ ਆਨੰਦ ਸਿੰਘ ਮਲਾਈਆਂ ਸੀਗੀਆਂ ਉਹ ਖਾ ਕੇ ਅੱਜ ਦੇਖਦੇ ਨੇ ਕਿ ਅਕਾਲੀ ਦਲ ਬਦਨਾਮ ਹੈ ਬੁਰੀ ਤਰ੍ਹਾਂ ਔਰ ਸਹੀ ਬਦਨਾਮ ਹੈਗਾ ਆ ਔਰ ਕਾਂਗਰਸ ਉਸ ਤਰ੍ਹਾਂ ਉਹ ਜਿਹੜੀ ਹੈ ਅਜੇ ਵੀ ਆਪਸੀ ਪਾਟੋ ਦਾ ਸ਼ਿਕਾਰ ਹੈਗੀ ਹੈ ਉਹਨਾਂ ਦਾ 2037 ਸੁਪਨਾ ਨਜ਼ਰ ਆ ਰਿਹਾ ਅੱਜ ਇੱਕ ਉਭਰ ਰਹੀ ਪਾਰਟੀ ਹੈ ਕਿਉਂਕਿ ਲੋਕੀ ਅੱਕੇ ਹੋਏ ਨੇ ਕਿਉਂਕਿ ਜੋ ਮੁਕਾਬਲਤਨ ਇਹਦਾ ਸਾਫ ਅਕਸ ਹੈਗਾ ਹੈ ਸੋ ਇਸ ਅਕਸ ਨੂੰ ਫਾਇਦਾ ਖਾਣ ਵਾਸਤੇ ਉਹ ਸਾਰੇ ਬਦਲੇ ਨਾਲ ਪਾਰਟੀ ਆਉਂਦੇ ਜਾ ਰਹੇ ਨੇ ਔਰ ਮਹਿਲ ਮਕਸਦ ਇੱਕੋ ਹੀ ਹੈ ਕਿ ਅਕਾਲੀਆਂ ਨੂੰ ਹਰਾਉਣਾ ਕਾਂਗਰਸ ਨੂੰ ਹਰਾਉਣਾ ਬਿਲਕੁਲ ਮਕਸਦ ਠੀਕ ਹੈਗਾ ਪਰ ਅਕਾਲੀਆਂ ਕਾਂਗਰਸ ਨੂੰ ਹਰਾ ਕੇ ਪੈਦਾ ਕੀ ਕਰਨਾ ਹੈਗਾ ਲੈ ਕੇ ਕੀ ਆਉਣਾ ਹੈਗਾ ਉਸ ਬਾਰੇ ਜੋ ਅਸਪਸ਼ਟਤਾ ਹੈਗੀ ਹੈ ਉਸ ਬਾਰੇ ਜੋ ਇੱਕ ਜਿਹੜੀ ਜੋ ਅਪਰੋਚ ਹੈਗੀ ਹੈ ਉਹਦਾ ਸਤਰ ਹੈਗਾ ਉਹ ਜੋ ਗਿਰਿਆ ਹੈਗਾ ਪਿਛਲੇ 2 ਸਾਲਾਂ ਵਿੱਚ ਉਹ ਸੱਚਮੁੱਚ ਚਿੰਤਾ ਦਾ ਵਿਸ਼ਾ ਹੈਗਾ ਮੇਰੇ ਵਰਗੇ ਬੰਦੇ ਤਾਂ ਹੀ ਆਪਣੀ ਪਾਰਟੀ ਦੇ ਮੈਂਬਰ ਨੂੰ ਜਾਂ ਵਲੰਟੀਅਰ ਨੂੰ ਚੌਕਸ ਕਰਦੇ ਹੈਗੇ ਤਾਂ ਕਈ ਮੇਰੇ ਗੱਲ ਦਾ ਦੁੱਖ ਹੁੰਦਾ ਹੈਗਾ ਜਦ ਵੀ ਸਾਰੇ ਮਤਲਬ ਨੁਕਸਾਨ ਕਰ ਰਹੇ ਜਦਕਿ ਅਸੀਂ ਨੁਕਸਾਨ ਨੇ ਅਸੀਂ ਜਿਹੜੇ ਅਸੂਲਾਂ ਦੇ ਲੱਗੇ ਚੱਲੇ ਸੀਗੇ ਉਹਨਾਂ ਅਸੂਲਾਂ ਦੇ ਪਾਰਟੀ ਨੂੰ ਖੜੇ ਰਹਿਣ ਲਈ ਮਜਬੂਰ ਕਰ ਰਹੇ ਹਾਂ ਲੜਾਈ ਦੇ ਰਹੇ ਹੈਗੇ ਤਾਂ ਜੋ ਪੰਜਾਬ ਦੇ ਸਹੀ ਮਾਹੌਲ ਦਾ ਬਦਲ ਪੈਦਾ ਹੋ ਸਕੇ ਮੈਂ ਅੱਜ ਅਕਾਲੀਆਂ ਨੂੰ ਢਾਣ ਦੀ ਗੱਲ ਨਹੀਂ ਮੈਂ ਤਾਂ ਚੋਂ ਢਾਣ ਦੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਮੁਲਕ ਦੇ ਸਾਹ ਚੱਲਦੀ ਰਾਜਨੀਤੀ ਨੂੰ ਬਦਲਣ ਤੁਸੀਂ ਹੰਡੇ ਵਰਤੇ ਹੋ ਲੰਬੇ ਸਮੇਂ ਤੋਂ ਇਹ ਗੱਲ ਦੀ ਸੂਝ ਰੱਖਦੇ ਹੋ ਜਿਹੜੀ ਮੌਜੂਦਾ ਇੱਕ ਨਵੀਂ ਇਸ ਮੈਂ ਕਹਿ ਸਕਦਾ ਕਿ ਜਿਹੜੀ ਇੱਕ ਵਲੰਟੀਅਰ ਬ੍ਰਿਗੇਡ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਤੇ ਉਹਦੇ ਵਿੱਚ ਵੀ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਵਲੰਟੀਅਰ ਨੇ ਜਿਹੜੇ ਆਮ ਆਦਮੀ ਪਾਰਟੀ ਜਿਹੜੇ ਸਪੋਰਟਰ ਨੇ ਆਮ ਆਦਮੀ ਪਾਰਟੀ ਦੇ ਵੱਖੋ ਵੱਖਰੀਆਂ ਧਿਰਾਂ ਤੋਂ ਵੱਖੋ ਵੱਖਰੀਆਂ ਥਾਵਾਂ ਤੋਂ ਚੋਣਵੇਂ ਬੰਦੇ ਲਿਆ ਕੇ ਜਾਂ ਉਹਨਾਂ ਦੀ ਪਾਰਟੀ ਦੇ ਵਿੱਚ ਲਿਆਉਣ ਦੀ ਗੱਲ ਵੀ ਉਹਨਾਂ ਦੇ ਵੱਲੋਂ ਤੋਰੀ ਜਾਂਦੀ ਹੈ ਕਿ ਇਹੋ ਜਿਹੇ ਜਿਹੜਾ ਇੱਕ ਤਬਕਾ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਵਿਦੇਸ਼ਾਂ ਦੇ ਵਿਚਲਾ ਜਿਹੜਾ ਖਾਸ ਕਰਕੇ ਫੇਸਬੁੱਕ ਓਰੀਐਂਟਿਡ ਜਿਹੜਾ ਗਰੁੱਪ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਇਹ ਜਿਹੜਾ ਗਰੁੱਪ ਹੈ ਇਹ ਪਾਰਟੀ ਦੇ ਵਾਸਤੇ ਕਿੰਨਾ ਕੁ ਲਾਹੇਵੰਦ ਹੈ ਬਿਲਕੁਲ ਬਹੁਤ ਲਾਹੇਵੰਦ ਹੈ 2014 ਚੋਣਾਂ ਵਿੱਚ ਸਾਰੇ ਵਿਦੇਸ਼ੀ ਵਰਗੇ ਭਰਾਵਾਂ ਨੇ ਬੜਾ ਸ਼ਾਨਦਾਰ ਕੰਮ ਕੀਤਾ ਦਿਨਾਂ ਅੰਦਰ ਬੜੀ ਤਰਬਲ ਤਾਂਗ ਹੈਗੀ ਕਿ ਪੰਜਾਬ ਚ ਚੰਗਾ ਨਿਜ਼ਾਮ ਹੋਵੇ ਉਹਨਾਂ ਇੱਕ ਸੁਰੱਖਿਆ ਪੰਜਾਬ ਬਣੇ ਇੱਕ ਇੱਕ ਸਹੀ ਮਾਣਿਆਂ ਚ ਜੋ ਪੰਜਾਬ ਦੀ ਜਿਹੜੀ ਕਰਜ਼ੀ ਸੀਗੀ ਉਹ ਮੁੜ ਕੇ ਬਹਾਲ ਹੋਵੇ ਪੰਜਾਬ ਸਾਰੀਆਂ ਬੁਨਿਆਦੀ ਸਹੂਲਤਾਂ ਇਨਫਰਾਸਟਰਕਚਰ ਜਾਂ ਪੰਜਾਬ ਰੁਜ਼ਗਾਰ ਦੇ ਮੌਕੇ ਜਾਂ ਖੇਤੀਬਾੜੀ ਦਾ ਸੰਕਟ ਜਾਂ ਇਨਵਾਇਰਮੈਂਟ ਦਾ ਸੰਕਟ ਦੂਰ ਹੋਵੇ ਪੰਜਾਬ ਮੁੜ ਕੇ ਆਪਣਾ ਰੁਤਬਾ ਹਾਸਲ ਕਰ ਸਕੇ ਬਹੁਤ ਹੀ ਇੱਕ ਸ਼ੁਭ ਲੱਛਣ ਹੈਗਾ ਲੋਕਾਂ ਦਾ ਜਿਹੜਾ ਪਿਆਰ ਹੈ ਪੰਜਾਬ ਪੰਜਾਬੀਆਂ ਦਾ ਨਾਲ ਵੱਸ ਕੇ ਪੰਜਾਬੀਆਂ ਦਾ ਪਿਆਰ ਨਾਲ ਬਹੁਤ ਜਾਇਜ਼ਾ ਬੜਾ ਵੱਡਾ ਰੋਲ ਕੀਤਾ ਸੀਗਾ ਹੁਣ ਵੀ ਬਹੁਤ ਸਰਗਰਮੀ ਹੈ ਪਰ ਇੱਕ ਗੱਲ ਦਾ ਮੈਂ ਥੋੜਾ ਦੁੱਖ ਵੀ ਹੈਗਾ ਹੈ ਕਿ ਉਹ ਪੰਜਾਬ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸੰਵਾਦ ਦੀ ਪਰੰਪਰਾ ਸੀਗੀ ਤਰਕ ਦੀ ਪਰੰਪਰਾ ਸੀਗੀ ਗੋਸ਼ਟੀਆਂ ਪਰੰਪਰਾ ਸੀਗੀ ਉਸ ਪੰਜਾਬ ਦੇ ਵਾਸੀ ਨੇ ਜਾਂ ਖਾਸ ਤੌਰ ਤੇ ਸਿੱਖ ਧਰਮ ਦੇ ਅਨੁਯਾਈ ਨੇ ਉਹਨਾਂ ਵਿੱਚ ਜੋ ਫੇਸਬੁੱਕ ਤੇ ਜਿਸ ਤਰ੍ਹਾਂ ਪਹਿਲਾਂ ਮੋਦੀ ਨੇ ਇੱਕ ਸਕੁਐਡ ਪੈਦਾ ਕੀਤੇ ਸੀਗੇ ਸਮੈਸ਼ਿੰਗ ਸਕੁਐਡ ਜਿਹੜੀ ਮਤਲਬ ਫੇਸਬੁੱਕ ਦੀ ਗੁੰਡਾਗਰਦੀ ਸੀਗੀ ਉਹ ਮਤਲਬ ਖਾਸ ਤਰ੍ਹਾਂ ਕਲਚਰ ਫੇਸਬੁੱਕ ਤੇ ਪੈਦਾ ਕੀਤਾ ਸੀਗਾ ਮੋਦੀ ਭਗਤਾਂ ਨੇ ਉਹੀ ਕਲਚਰ ਗਾਲੀ ਗਲੋਚ ਦਾ ਸੰਵਾਦ ਤੋਂ ਭੱਜਣ ਦਾ ਬਸ ਇਹੀ ਗੱਲ ਜਾਂ ਤਰਕ ਨਾਲ ਗੱਲ ਕਰਨ ਦਾ ਉਹ ਜਿਹੜਾ ਕਲਚਰ ਹੈਗਾ ਉਹ ਪੰਜਾਬੀਆਂ ਵਿੱਚ ਵੀ ਉਹ ਕਾਫੀ ਹਾਵੀ ਹੋਇਆ ਹੈ ਔਰ ਮੈਨੂੰ ਵੀ ਬਹੁਤ ਸਾਰੀਆਂ ਧਮਕੀਆਂ ਕਨੇਡਾ ਵਗੈਰਾ ਤੋਂ ਮੈਨੂੰ ਮਜਬੂਰ ਕਰਦੇ ਨੇ ਕਿ ਤੂੰ ਯੂ ਗੋ ਦਾ ਲਾਈਨ ਐਂਡ ਯੂ ਫਾਲ ਇਨ ਲਾਈਨ ਉਹਨਾਂ ਨੂੰ ਇਹ ਨੀ ਪਤਾ ਕਿ ਡਾਕਟਰ ਰਾਜੀਵ ਗਾਂਧੀ ਇਹ ਜੋ ਕੁਛ ਕਰ ਰਿਹਾ ਇਸ ਕਰਕੇ ਨੀ ਕਰ ਰਿਹਾ ਜੋ ਆਮ ਆਦਮੀ ਪਾਰਟੀ ਦਾ ਉਹਦੇ ਪਿੱਛੇ 36 ਸਾਲ ਹੋਰ ਨੇ ਮੇਰੇ 2 ਸਾਲ ਆਪਦੇ ਨੇ 36 ਸਾਲ ਮੇਰੇ ਆਪ ਤੋਂ ਬਾਹਰ ਨੇ ਮੈਨੂੰ ਆਪ ਦੇ ਉਹਦੇ 36 ਸਾਲ ਬਾਹਰ ਹੈ ਮੇਰੀ ਜੋ ਕਨਵਿਕਸ਼ਨ ਹੈਗੀ ਹੈ ਜੋ ਸਿਸਟਮ ਦੇ ਖਿਲਾਫ਼ ਪੂਰਾ 36 ਸਾਲ ਲਗ ਕੇ ਜਾਵੇ ਹੈਗੀ ਹੈ ਆਪ ਦੱਸੋ ਜਿਹਨਾਂ ਦੀ ਕਨਵਿਕਸ਼ਨ ਸੀਗੀ ਉਹ ਆਪਾਂ ਦਿੱਲੀ ਦੇਖੀ ਹੈ ਕਿਵੇਂ ਬੰਦੇ ਬਹੁਤ ਜਲਦੀ ਗਲਤ ਹੋਏ ਨੇ ਕਿਵੇਂ ਸਿਸਟਮ ਦਾ ਹਿੱਸਾ ਬਣ ਗਏ 2 ਸਾਲਾਂ ਦੀ ਜਾਂ ਸਾਲ ਦੇ ਵਿੱਚ ਸੀਗਾ ਕਿ 1 ਸਾਲ ਦੇ ਵਿੱਚ 5 MLA ਜੇਲ੍ਹ ਚਲ ਗਏ ਜਾਂ ਮਤਲਬ 2 ਮਿੰਟ ਡਾਕਟਰ ਸਾਹਿਬ ਸਮਾਂ ਆਪਣੇ ਕੋਲ ਥੋੜਾ ਆ ਮੈਂ ਆਖਰ ਦੇ ਵਿੱਚ ਇੱਕੋ ਸਵਾਲ ਤੁਹਾਨੂੰ ਪੁੱਛਦਾ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਏ ਪਰ ਇਹਦੇ ਬਾਵਜੂਦ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ MLA ਨੇ ਜਿਹੜੇ ਦਾਗੀ ਆਮ ਆਦਮੀ ਪਾਰਟੀ ਨੇ ਫਿਰ ਵੀ ਰੱਖੇ ਹੋਏ ਨੇ ਪੰਜਾਬ ਦੇ ਵਿੱਚ ਹਾਲੇ ਟਿਕਟਾਂ ਦੀ ਵੰਡ ਹੋਣੀ ਹੈ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਕਿਹੋ ਜਿਹੇ ਬੰਦੇ ਸਾਹਮਣੇ ਆਉਂਦੇ ਨੇ ਪਰ ਜਿਹੋ ਜਿਹਾ ਬਸ਼ਰਤੇ ਕਿ ਜਿਹੋ ਜਿਹਾ ਹਲੂਣਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਿਲ ਰਿਹਾ ਇਨ੍ਹਾਂ ਦਿਨਾਂ ਦੇ ਵਿੱਚ ਉਹ ਬੇਮਿਸਾਲ ਹੈ ਭਾਵੇਂ ਇਹਨੂੰ ਕਹਿ ਰਿਹਾ ਜਾਵੇ ਕਿ ਉਹ ਐਂਟੀ ਇਨਕੰਬੈਂਸੀ ਹੈ ਕਾਂਗਰਸ ਵਿਰੋਧੀ ਹੈ ਅਕਾਲੀ ਵਿਰੋਧੀ ਰੁਝਾਨ ਹੈ ਪਰ ਆਮ ਆਦਮੀ ਪਾਰਟੀ ਨੂੰ ਸਪੋਰਟ ਕਾਫੀ ਮਿਲਦੀ ਪਈ ਹੈ ਸੰਖੇਪ ਦੇ ਵਿੱਚ ਦੱਸਿਓ ਕਿ ਤੁਸੀਂ ਇਸ ਲਿਹਾਜ਼ ਦੇ ਨਾਲ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਵੇਖਦੇ ਹੋ 2017 ਵਾਸਤੇ ਦੇਖੋ ਇਹ ਡਿਪੈਂਡ ਕਰਦਾ
ਕਰਦਾ ਹੈ ਲੋਕਾਂ ਦੀਆਂ ਪ੍ਰਸੈਪਸ਼ਨਾਂ ਚੇਂਜ ਨੂੰ ਬਹੁਤ ਟਾਈਮ ਨਹੀਂ ਲੱਗਦਾ ਹੁੰਦਾ ਲੋਕੀ ਅੱਜ ਕੱਲ੍ਹ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈਗਾ ਜਿਹੜੀ ਅੱਜ ਪੋਲੀਟੀਕਲ ਲੀਡਰਾਂ ਦੀ ਸ਼ੈਲਫ ਲਾਈਫ ਹੈ ਬਹੁਤ ਘੱਟ ਗਈ ਹੈਗੀ ਹੈ ਹੁਣ ਇਹ ਨਹੀਂ ਕਿ ਲੋਕੀ ਲੰਬਾ ਲੰਬਾ ਫਿਰ ਇੱਕੋ ਪਾਰਟੀਆਂ ਦੇ ਜਾਂ ਇੱਕੋ ਵਿਅਕਤੀਆਂ ਦੇ ਲੱਗੇ ਰਹਿਣਗੇ ਜਿਹੜੀ ਲੋਕੀ ਬਹੁਤ ਤੇਜ਼ੀ ਬੜੀ ਗੌਰਵ ਆ ਰਹੇ ਨੇ ਦੇਖ ਰਹੇ ਨੇ ਪੰਜਾਬ ਨੂੰ ਪੰਜਾਬੀ ਵੀ ਗੌਰਵ ਦੇਖ ਰਹੇ ਨੇ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਸੋ ਪੰਜਾਬੀਆਂ ਕੋਈ ਜੋ ਆ ਇੱਕ ਫੋਸਟਰ ਲੀਡਰਸ਼ਿਪ ਹੈਗੀ ਹੈ ਜਿਵੇਂ ਮਿਸਾਲ ਦੇ ਤੌਰ ਤੇ ਵੀਟਨਾਮ ਦੀ ਸਥਾਨਕ ਲੀਡਰਸ਼ਿਪ ਹੈ ਚਾਹੇ ਭਗਵੰਤ ਮਾਨ ਹੈ ਚਾਹੇ ਸਾਡੀ ਅੰਤਾਲੀਆ ਦੀ ਐਮ ਪੀ ਹੈਗੀ ਹੈ ਇਹਨਾਂ ਨੂੰ ਬਰਕਰਾਰ ਕਰਕੇ ਆਪ ਵਲੰਟੀਅਰ ਬਰਕਰਾਰ ਕਰਕੇ ਜਿਸ ਤਰ੍ਹਾਂ ਦਿੱਲੀ ਤੋਂ ਡਿਪਰਨ ਪੋਰਟ ਕਰਕੇ ਸੱਚ ਦੇ ਗਰੀਬ ਸਾਰੇ ਪੰਜਾਬ ਚ ਬਿਠਾ ਕੇ ਉਸ ਤੋਂ ਬਾਅਦ ਪੰਜਾਬ ਦੀ ਸਾਹਿਤ ਸਪੋਕਸਮੈਨ ਦਿੱਲੀ ਵਾਲੇ ਬਣੇ ਹੋਏ ਨੇ ਪੰਜਾਬ ਦੀ ਦਰਾਖਤ ਕੀ ਹੈ ਪੰਜਾਬ ਦਾ ਕਿੱਸਾ ਕੀ ਹੈ ਪੰਜਾਬ ਦੀ ਸੰਸਕ੍ਰਿਤੀ ਕੀ ਹੈ ਪੰਜਾਬ ਦਾ ਸਾਡਾ ਧਰੋਹਰ ਕੀ ਹੈਗੀ ਹੈ ਸਾਡੀ ਸਾਡੀ ਧਰਤੀ ਅਸੀਂ ਧਰਤੀ ਨਾਲ ਜੁੜੇ ਹੋਏ ਪਿੰਡਾਂ ਨੇ ਹਰ ਇੱਕ ਐਮ ਪੀ ਨੇ 8-8 ਰੁਪਏ ਕਵਰ ਕੀਤਾ ਹੋਇਆ ਕਿਉਂਕਿ ਲੋਕਾਂ ਦਾ ਜਵਾਬ ਦੇ 20 ਲੱਖ ਲੋਕਾਂ ਸਾਡਾ ਸਾਡਾ ਇੱਕ ਸਮਾਜ ਸੀਗਾ ਉਹ ਸਾਰੇ ਕਰਜ਼ੇ ਨੂੰ ਖਤਮ ਕਰਕੇ ਇਹ ਸਿੱਧੀ ਦਿੱਲੀਓ ਤਿਆਰ ਚਲਾਈ ਜਾ ਰਹੀ ਹੈਗੀ ਹੈ ਇਹ ਕੋਈ ਵੱਖਰੀ ਨਹੀਂ ਹੈ ਜੋ ਕਾਂਗਰਸ ਦਾ ਕਲਚਰ ਹੈ ਜਾਂ ਦੂਜਾ ਕੋਈ ਬੀਜੇਪੀ ਦਾ ਕਲਚਰ ਹੈ ਉਹ ਵੀ ਕਲਚਰ ਇਸ ਪਾਰਟੀ ਪਹਿਲਾਂ ਕੀਤਾ ਜਾ ਰਿਹਾ ਹੈਗਾ ਸੰਤਾ ਅੱਜ ਕੱਲ੍ਹ ਤਸਵੀਰ ਨਾਲ ਜੁੜੇ ਬੰਦੇ ਆ ਮੈਨੂੰ ਕੋਈ ਨਿੱਜੀ ਤੌਰ ਤੇ ਫਰਕ ਨਹੀਂ ਪੈਣਾ ਹੈਗਾ ਅੱਜ ਤੱਕ ਆਪਣਾ ਇਤਿਹਾਸ ਬਦਲ ਹੈਗਾ ਇਸ ਸਿਸਟਮ ਦੇ ਖਿਲਾਫ਼ ਉਹ ਲੜਨੇ ਲੜਨਾ ਹੈਗਾ ਉਹ ਪੂਰਾ ਕਰਨੇ ਕਰਨਾ ਚਾਹੇ ਆਮ ਆਦਮੀ ਪਾਰਟੀ ਜੋ ਮਰਜ਼ੀ ਮਨਸਾ ਲਾਵੇ ਚਾਹੇ ਜੋ ਮਰਜ਼ੀ ਉਹ ਮੇਰੇ ਬਾਰੇ ਕਵੇ ਪਹਿਲਾਂ ਫਰਕ ਨਹੀਂ ਪੈਂਦਾ ਪਰ ਪੰਜਾਬੀ ਸਵੈਮ ਆ ਜੋ ਪੰਜਾਬੀ ਅਸਮਤਾ ਹੈਗੀ ਹੈ ਮੇਰੇ ਵਾਸਤੇ ਉਹਦਾ ਵੀ ਸਵਾਲ ਹੈਗਾ ਕਿ ਕਿਵੇਂ ਪੰਜਾਬ ਵਿੱਚ ਹੁਣ ਜਿਹੜਾ ਵੀ ਵਿਦੇਸ਼ ਪ੍ਰਵਾਹੀ ਜਾ ਰਹੀ ਹੈਗੀ ਆ ਜੋ ਸਰਕਾਰੀ ਦਿੱਲੀ ਦੇ ਰਾਹੀਂ ਦਿੱਲੀ ਦੀ ਕਾਇਮ ਕੀਤੀ ਜਾ ਰਹੀ ਹੈ ਮੈਨੂੰ ਦੁੱਖ ਹੈ ਕਿ ਪੰਜਾਬੀ ਇੰਨੇ ਮਤਲਬ ਇੰਨਾ ਦਾ ਪੰਜਾਬ ਕਦੀ ਵੀ ਬੌਧਿਕ ਤੌਰ ਤੇ ਖੋਖਲਾ ਨਹੀਂ ਆਪਣਾ ਕੰਮ ਅਜੇ ਕਦੀ ਸਮਝਿਆ ਸੀਗਾ ਮੈਂ ਅੱਗੇ ਪਰ ਕਿਹਾ ਸੀਗਾ ਕਿ ਪੰਜਾਬ ਵਿੱਚ ਇਕੱਲੇ ਝੋਨਾ ਤੇ ਕਣਕ ਨਹੀਂ ਉੱਗਦੇ ਪੰਜਾਬ ਫਿਰ ਵੀ ਉੱਗਦੇ ਨੇ ਪੰਜਾਬ ਵਿੱਚ ਲੋਕੀ ਸੋਚਦੇ ਨੇ ਔਰ ਇਹੀ ਕਾਰਨ ਸੀਗਾ ਸਾਡੇ 2014 ਪੰਜਾਬੀ ਦੀ ਸੋਚ ਸੀਗੀ ਕੋਈ ਦਿੱਲੀ ਦਾ ਕੋਈ ਲੀਡਰ ਨਹੀਂ ਸੀਗਾ ਜਦਕਿ ਪੰਜਾਬੀ ਦੀ ਸੋਚ ਸੀਗੀ ਜੋ ਹਿੰਦੁਸਤਾਨ ਦੇ ਜਦੋਂ ਆਮ ਆਦਮੀ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ ਸੀਗਾ 14 ਸੀਟਾਂ ਦੇ ਗੁਆਮ ਤਾਂ ਜਬਤ ਹੋ ਗਈਆਂ ਸੀਗੀਆਂ ਕੁਝ ਕੇਜਰੀਵਾਲ ਜੀ ਆਪਣੇ ਬਜਟ ਨਹੀਂ ਸੀ ਪਾਏ ਤਾਂ ਉਸ ਵੇਲੇ ਵੀ ਪੰਜਾਬ ਨੇ 24.7% ਵੋਟ ਦੇ ਕੇ 4 ਐਮ ਪੀ ਦੇ ਕੇ 3 ਐਮ ਪੀ ਬਿਲਕੁਲ ਜਿਤਨ ਦੀ ਕਗਾਰ ਤੇ ਖਟਾ ਕੇ ਸਿੱਧ ਕਰ ਸਕਦਾ ਹੈ ਕਿ ਪੰਜਾਬੀ ਸਿਆਸੀ ਤੌਰ ਤੇ ਕਿੰਨੇ ਬੁੱਧੀਮਾਨ ਨੇ ਕਿੰਨੀ ਸਿਆਸੀ ਬੁੱਧੀਮਤਾ ਹੈਗੀ ਹੈ ਪਰ ਸਭ ਗੱਲ ਇੱਥੇ ਸਾਨੂੰ ਸਮੇਟਣੀ ਪੈਣੀ ਹੈ ਸਮੇਂ ਦੀ ਘਾਟ ਕਰਕੇ ਤੁਸੀਂ ਗੱਲਬਾਤ ਵਾਸਤੇ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਸ਼ੁਕਰੀਆ ਜੀ ਜੀ ਸਨ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਉਨ੍ਹਾਂ ਦੇ ਨਾਲ ਅਸੀਂ ਦੋ ਵਿਸ਼ਿਆਂ ਦੇ ਉੱਤੇ ਗੱਲਬਾਤ ਕਰ ਰਹੇ ਸਾਂ ਗੱਲਬਾਤ ਦਾ ਵਿਸ਼ਾ ਸੀ ਉਨ੍ਹਾਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਬਿੱਲ ਲਿਆਂਦਾ ਗਿਆ ਆਨੰਦ ਮੈਰਿਜ ਐਕਟ ਦੇ ਉੱਤੇ ਤੇ ਦੂਸਰਾ ਆਮ ਆਦਮੀ ਪਾਰਟੀ ਦੇ ਵਿੱਚ ਇਨੀ ਦਿਨੀ ਜਿਹੜੀ ਧੜਾਧੜ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਉਹਦੇ ਬਾਰੇ ਦੇ ਵਿੱਚ ਸਮੇਂ ਦੀ ਥੋੜ ਕਾਰਨ ਅਸੀਂ ਗੱਲਬਾਤ ਪੂਰੀ ਨਹੀਂ ਕਰ ਸਕੇ ਇਹ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਜ਼ਰੂਰ ਲਿਖ ਭੇਜਿਓ ਸਾਡੀ ਈਮੇਲ ID ਦੇ ਉੱਤੇ info@qaumiawaaz.com.au ਤੇ